ਕਿਸਾਨਾਂ ਨੂੰ ਲੈ ਕੇ ਦਿੱਤੇ ਬਿਆਨ ਲਈ ਕੇਜਰੀਵਾਲ ਮਾਫੀ ਮੰਗਣ। ਰਵਨੀਤ ਬਿੱਟੂ। ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਰੇਲ ਹਾਦਸੇ ਵਿੱਚ ਨਵਜੋਤ ਕੌਰ ਸਿੱਧੂ ਜਾਂ ਨਵਜੋਤ ਸਿੰਘ ਸਿੱਧੂ ਦਾ ਕੋਈ ਕਸੂਰ ਨਹੀਂ ਹੈ ਤੇ ਇਸ ਉੱਪਰ ਗੰਦੀ ਰਾਜਨੀਤੀ ਹੋ ਰਹੀ ਹੈ। ਉਹ ਲੁਧਿਆਣਾ ਵਿਖੇ ਸੜਕਾਂ ਦੇ ਉਦਘਾਟਨ ਸੰਬੰਧੀ ਸਮਾਗਮ ਵਿੱਚ ਪਹੁੰਚੇ ਹੋਏ ਸਨ। ਇਸ ਮੌਕੇ ਉਹਨਾਂ ਅਕਾਲੀ ਦਲ ਵੱਲੋਂ ਦਿੱਤੇ ਜਾ ਰਹੇ ਧਰਨੇ ਤੇ ਕਿਹਾ ਕਿ ਲੋਕ ਅਕਾਲੀ ਦਲ ਖਿਲਾਫ ਧਰਨੇ ਦੇ ਰਹੇ ਹਨ ਤੇ ਉਹ ਸੁਖਬੀਰ ਬਾਦਲ ਹੋਰਾਂ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਤੋਂ ਹੈਰਾਨ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਬੀਤੇ ਦਿਨ ਪੰਜਾਬ ਦੇ ਕਿਸਾਨਾਂ ਸੰਬੰਧੀ ਦਿੱਤੇ ਗਏ ਬਿਆਨ ਲਈ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਪੰਜਾਬ ਆਉਣ ਤੇ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ। ਲੁਧਿਆਣਾ ਤੋਂ ਅਜੀਤ ਵੈਬ ਟੀਵੀ ਲਈ ਰੁਪੇਸ਼ ਕੁਮਾਰ ਦੀ ਰਿਪੋਰਟ। ਸਿੱਧੂ ਸਾਹਿਬ ਕੀ ਕਰਨ ਇਹਦੇ ਵਿੱਚ? ਉਹ ਤਾਂ ਬਾਹਰ ਗਏ ਹੋਏ ਸੀਗੇ ਉਹਨਾਂ, ਉਹ ਮੈਡਮ ਸਿੱਧੂ ਉੱਥੇ ਫੰਕਸ਼ਨ 'ਤੇ ਉਦੋਂ ਉਹਨਾਂ ਨੇ ਕਰਨਾ ਸੀ, ਇਸ ਕਰਕੇ ਉਹਨਾਂ ਨੇ ਸਾਰੀ ਗੱਲ ਦੱਸਤੀ ਹੋਣੀ ਆ। ਨਵਜੋਤ ਸਿੱਧੂ ਹੋਣੀ ਤਾਂ ਬਾਹਰ ਗਏ ਹੋਏ ਸੀ, ਜੇ ਉਹਨਾਂ ਨੂੰ ਵੀ ਬੁਲਾ ਲੈਣ ਕਮਿਸ਼ਨ ਨੂੰ। ਇਹ ਹਾਦਸਾ ਹੈ ਬਹੁਤ ਮੰਦਭਾਗਾ, ਦੁੱਖਦਾਈ, ਅਤੇ ਪੋਲੀਟਿਕਸ ਨਹੀਂ ਕਰਨੀ ਚਾਹੀਦੀ, ਗੱਲ ਤਾਂ ਇੰਨੀ ਆ। ਇਹ ਪਰ ਇਹ ਜਿਹੜਾ ਟੱਬਰ ਆ ਬਾਦਲ ਦਾ, ਇਹ ਸਮਝਦਾ ਇਸ ਗੱਲ 'ਚ ਮੈਂ ਨਿਕਲ ਜਾਊਂਗਾ, ਨਿਕਲ ਨਹੀਂ ਹੋਣਾ। ਹੈਰਾਨ ਆ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਵੀ ਕੋਈ ਉਹਨਾਂ ਨੂੰ ਸਮਝੀ ਹੈ ਨਹੀਂ ਵੀ ਹਾਲਾਤ ਕੀ ਬਣੇ ਪਏ ਨੇ। ਲੋਕ ਤਾਂ ਸਾਰੇ ਪਾਸੇ ਧਰਨੇ ਤੁਹਾਡੇ ਉਲਟ ਦੇ ਰਹੇ ਆ, ਤੁਸੀਂ ਕਿਹਦੇ ਉੱਤੇ ਉਲਟ ਧਰਨਾ ਦੇ ਰਹੇ ਹੋ ਬਈ? ਜਿਹੜੀ ਬੁੱਕ ਸੀ ਉਹ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਕਹਿਤਾ ਵੀ ਜਿਹੜੀਆਂ ਕਿਤਾਬਾਂ ਨੇ ਸਿਲੇਬਸ ਤੋਂ ਉਹ ਬਿਲਕੁਲ ਨਹੀਂ ਲਿਆਈਆਂ ਗਈਆਂ, ਪੁਰਾਣੀਆਂ ਕਿਤਾਬਾਂ 'ਚ ਬੁੱਕਸ ਚੱਲਣਗੀਆਂ, ਅਤੇ ਜਿਹੜੀ ਜੇ ਨਵੀਆਂ ਕੋਈ ਛਪ ਰਹੀਆਂ ਕਿਤਾਬਾਂ ਉਹ ਬਿਲਕੁਲ ਜਦੋਂ ਤੱਕ ਉਹ ਸਹੀ ਨਹੀਂ ਹੋਣਗੀਆਂ, ਚਾਹੇ ਸਾਡੇ ਮੰਤਰੀ ਜੀ ਨੇ, ਚਾਹੇ ਮੁੱਖ ਮੰਤਰੀ ਸਾਹਿਬ ਨੇ, ਕਦੇ ਗੁਰੂ ਸਾਹਿਬਾਨਾਂ ਦੇ ਬਾਰੇ ਜੇ ਕੋਈ ਉਹਨਾਂ ਨੇ ਲਿਖੀ ਆ, ਬਿਲਕੁਲ FIR ਉਹਨਾਂ ਦੇ ਦਰਜ ਹੋਣੀ ਚਾਹੀਦੀ ਹੈ, 100% ਹੋਣੀ ਚਾਹੀਦੀ। ਕੌਣ ਕੋਈ ਜੇ ਗੁਰੂਆਂ ਬਾਰੇ ਗਲਤ ਲਿਖਦਾ, ਉਹਨਾਂ ਦੇ FIR ਦਰਜ ਵੀ ਹੋਣੀ ਚਾਹੀਦੀ ਹੈ, ਅਤੇ ਉਹਨਾਂ ਨੂੰ ਇਹੋ ਜਿਹਿਆਂ ਨੂੰ ਮੈਂ ਸਮਝਦਾ ਜਿੰਨੀ ਵੀ ਸਖਤ ਸਜ਼ਾ ਦੇਣੀ ਚਾਹੀਦੀ ਹੈ ਉਹ ਘੱਟ ਆ। ਕੇਜਰੀਵਾਲ ਨੇ ਤਾਂ ਹੁਣ ਵੋਟਾਂ ਲੈਣੀਆਂ ਹਰਿਆਣੇ ਦੀਆਂ, ਇਲੈਕਸ਼ਨ ਉੱਥੇ ਦੀ ਆ, ਹੁਣ ਉਹਨੂੰ ਹਰਿਆਣਾ ਚੰਗਾ ਲੱਗਣ ਲੱਗ ਗਿਆ। ਉਸ ਵੇਲੇ ਨਹੀਂ ਉਹਨੂੰ ਪਤਾ ਸੀ, ਉਸ ਵੇਲੇ ਪੰਜਾਬ 'ਤੇ ਬੜੇ ਛੋਲੇ ਗਾਉਂਦਾ ਸੀ ਆ ਕੇ ਕੇਜਰੀਵਾਲ ਸਾਹਿਬ। ਬਿਲਕੁਲ ਜਿਹੜੀ ਤੁਸੀਂ ਬਹੁਤ ਮੰਦਭਾਗੀ ਗੱਲ ਕੀਤੀ ਆ, ਸਾਰੇ ਕਿਸਾਨ ਨੇ, ਇਸਨੇ ਸਾਰੇ ਹਿੰਦੁਸਤਾਨ ਨੂੰ ਰੋਟੀ ਦਿੱਤੀ ਆ, ਅਤੇ ਉਸ ਕਿਸਾਨ ਨੂੰ, ਉਸ ਪੰਜਾਬ ਨੂੰ ਤੁਸੀਂ ਮਾੜਾ ਕਹਿ ਗਏ? ਇਹ ਬਰਦਾਸ਼ਤ ਨਹੀਂ ਹੋਊਗਾ। ਅੱਗੇ ਤੋਂ ਆ ਕੇ ਦੇਖਿਓ ਫਿਰ ਪੰਜਾਬ, ਤੁਸੀਂ ਵੜ ਕੇ ਦੇਖਿਓ, ਜੇ ਤੁਸੀਂ ਪੰਜਾਬ ਨੂੰ ਇਹ ਤੋਹਮਤ ਲਾ ਕੇ ਗਏ ਹੋ, ਜੇ ਜਿੱਥੇ ਵੀ ਤੁਸੀਂ ਅਗਲੀ ਵਾਰ ਆਉਂਗੇ ਮੈਂ ਤੁਹਾਡਾ ਵਿਰੋਧ ਕਰੂੰਗਾ ਖੜ ਕੇ, ਵੀ ਤੁਸੀਂ ਪੰਜਾਬ ਨਹੀਂ, ਆਪਣੇ ਵਰਡ ਵਾਪਸ ਲਓ, ਨਹੀਂ ਮਾਫੀ ਮੰਗੋ, ਨਹੀਂ ਅਸੀਂ ਤੁਹਾਨੂੰ ਪੰਜਾਬ 'ਚ ਵੜਨ ਨਹੀਂ ਦੇਵਾਂਗੇ।